ਕੈਨੇਡਾ ਦੀ ਮਿਨਿਸਟਰ ਆਫ ਦਾ ਸਟੇਟਸ ਆਫ ਵੂਮਨ ਹਰਿੰਦਰ ਮੱਲੀ ਵੱਲੋਂ ਬੀਤੇ ਦਿਨੀ ਬਾਰਬੀਕਿਊ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਅਤੇ ਅਜਿਹੇ ਵਿੱਚ ਲੋਕਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਵੀ ਦਿੱਤਾ ਗਿਆ ਸੀ। ਇਸ ਮੌਕੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਫਿਰ ਇਸ ਮੌਕੇ ਲੋਕਾਂ ਵੱਲੋਂ ਆਪਣੀਆਂ ਮੁਸ਼ਕਲਾਂ ਵੀ ਉਹਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਬ੍ਰੈਂਪਟਨ ਨਾਰਥ ਤੋਂ ਐਮਪੀਪੀ ਤੇ ਮਿਨਿਸਟਰ ਆਫ ਦਾ ਸਟੇਟਸ ਆਫ ਵੂਮਨ ਹਰਿੰਦਰ ਮੱਲੀ ਵੱਲੋਂ ਬੀਤੇ ਦਿਨੀ ਕਮਿਊਨਿਟੀ ਬਾਰਬੀਕਿਊ ਆਰਗੇਨਾਈਜ਼ ਕੀਤਾ ਗਿਆ। ਹਰ ਸਾਲ ਵੱਖ ਵੱਖ ਸਿਆਸੀ ਨੁਮਾਇੰਦਿਆਂ ਵੱਲੋਂ ਅਜਿਹੇ ਬਾਰਬੀਕਿਊ ਇਵੈਂਟ ਆਰਗੇਨਾਈਜ਼ ਕਰ ਲੋਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਆਪਣੀਆਂ ਸਮੱਸਿਆਵਾਂ ਉਹਨਾਂ ਸਾਹਮਣੇ ਰੱਖਣ ਦਾ। ਇਸ ਮੌਕੇ ਬ੍ਰੈਂਪਟਨ ਦੇ ਮੇਅਰ ਲਿੰਡਾ ਜਾਫਰੀ ਵੀ ਖਾਸ ਤੌਰ ਤੇ ਪਹੁੰਚੇ ਸਨ। ਇਸ ਮੌਕੇ ਮਿਨਿਸਟਰ ਹਰਿੰਦਰ ਮੱਲੀ ਨੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਧੰਨਵਾਦ ਵੀ ਕੀਤਾ। ਅੱਜ ਸਾਡਾ ਚੌਥਾ ਕਮਿਊਨਿਟੀ ਬਾਰਬੀਕਿਊ ਹੋਸਟ ਕਰ ਰਹੇ ਹਾਂ ਸਾਡੇ ਜਿਹੜਾ ਕੰਸਟੀਚੁਐਂਸੀ ਆਫਿਸ ਆ ਉਹਦੇ ਸਾਹਮਣੇ। ਮੈਂ ਸਾਰੀ ਕਮਿਊਨਿਟੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜਾ ਹਰ ਸਾਲ ਮੇਰਾ ਵੱਧ ਚੜ੍ਹ ਕੇ ਸਾਥ ਦਿੰਦੇ ਆ ਅਤੇ ਇਸ ਬਾਰਬੀਕਿਊ 'ਤੇ ਪਹੁੰਚਦੇ ਆ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ, ਦੇਰ ਇਜ਼ ਮੈਨੀ ਮੈਨੀ ਕਮਿਊਨਿਟੀ ਮੈਂਬਰਸ ਹੇਅਰ ਟੂਡੇ। ਆਈ ਐਮ ਸੋ ਥੈਂਕਫੁਲ ਫਾਰ ਆਲ ਆਫ ਯੂਅਰ ਸਪੋਰਟ ਐਂਡ ਆਈ ਲੁੱਕ ਫੋਰਵਰਡ ਟੂ ਵਰਕਿੰਗ ਵਿਦ ਯੂ ਐਂਡ ਵਰਕਿੰਗ ਫੋਰ ਯੂ ਐਜ਼ ਵੀ ਹੈਵ ਫੋਰ ਦ ਲਾਸਟ 4 ਈਅਰਸ। ਸੋ ਆਈ ਥਿੰਕ ਬਾਰਬੀਕਿਊਸ ਆਰ ਅ ਨਾਈਸ ਇਨਫੋਰਮਲ ਵੇ ਫਾਰ ਅਸ ਟੂ ਗੈਟ ਟੁਗੈਦਰ ਆਫਟਰ ਆਲ ਆਫ ਦੈਟ ਸਨੋ ਐਂਡ ਰੇਨ ਐਂਡ ਫ੍ਰੀਜ਼ਿੰਗ ਰੇਨ ਐਂਡ ਆਈ ਥਿੰਕ ਐਵਰੀਬਾਡੀ ਇਜ਼ ਆਊਟ ਹੇਅਰ ਬਿਕਾਜ਼ ਵੀ ਇੰਜੋਏ ਦ ਸਨ ਐਂਡ ਇਟਸ ਟਾਈਮ ਟੂ ਟਾਕ ਅਬਾਊਟ ਬ੍ਰੈਂਪਟਨਸ ਫਿਊਚਰ ਐਂਡ ਫੀਲ ਐਕਸਾਈਟਡ ਅਬਾਊਟ ਵਟ ਇਜ਼ ਕਮਿੰਗ ਐਂਡ ਸੋ ਆਈ ਐਮ ਹੇਅਰ ਟੂ ਸੇ ਥੈਂਕ ਯੂ ਟੂ ਮਿਨਿਸਟਰ ਮਾਲੇ ਫਾਰ ਹਰ ਐਡਵੋਕੇਸੀ ਐਂਡ ਅ ਲੋਟ ਆਫ ਪੀਪਲ ਹੇਅਰ ਵਰ ਸਟਰੋਂਗ ਚੈਂਪੀਅਨਸ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਦ ਕਾਈਂਡ ਆਫ ਬ੍ਰੈਂਪਟਨ ਦੈਟ ਵੀ ਵਾਂਟ ਇਨ ਦ ਫਿਊਚਰ ਸੋ I'm happy to be here. I'm happy to have a burger and to talk to everybody and say congratulations to us. Yay. Aaj jo sade MPP te minister status of women Harinder Mali ji valon jo chautha barbecue kita ja reha ohde layi assi sare ikatthe hoye ha. Mainu badi khushi mehsoos ho rahi hai ki sari community itthe bach chad ke aa rahi hai te Harinder Mali ji nu sahyog de rahe ne te main samajhda ki eh bahut vaddi gall hai ki inna ne pichle 4 saalan vich community layi bahut kam kita ga ਸਪੈਸ਼ਲੀ ਬ੍ਰੈਂਪਟਨ ਸਪ੍ਰਿੰਗਡੇਲ ਦੇ ਲਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬ੍ਰੈਂਪਟਨ ਨੌਰਥ ਦੇ ਲਈ ਵੀ ਉਹ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ ਜਿਸ ਤਰ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਹੈ। ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਕਿ ਕਮਿਊਨਿਟੀ ਵੱਧ ਤੋਂ ਵੱਧ ਸਾਥ ਦੇ ਰਹੀ ਹੈ ਇਸ ਵੇਲੇ ਉਹਨਾਂ ਨੂੰ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰਬੇਕਿਊ ਜਿਹੜਾ ਹੈਗਾ ਉਹ ਰੱਖਿਆ, ਕਿਉਂਕਿ ਫਿਰ ਇਲੈਕਸ਼ਨ ਸ਼ੁਰੂ ਹੋ ਜਾਣੇ ਆ, ਨਹੀਂ ਤਾਂ ਅੱਗੇ ਇਹ ਜੂਨ ਜੁਲਾਈ 'ਚ ਹੁੰਦਾ ਐਤਕੀ, ਫਿਰ ਅਰਲੀ ਰੱਖ ਲਿਆ, ਬਾਅਦ 'ਚ ਇਲੈਕਸ਼ਨ ਸ਼ੁਰੂ ਹੋ ਜਾਣੇ। ਸੋ ਬਾਰਬੇਕਿਊ ਦੇ ਵਿੱਚ ਸਾਰੇ ਵੋਟਰ ਜਿਹੜੇ ਆ ਜਾਂ ਵਲੰਟੀਅਰ ਆ ਉਹਨਾਂ ਨੂੰ ਇਹ ਸੱਦਾ ਪੱਤਰ ਦਿੱਤਾ ਗਿਆ ਅਤੇ ਮੈਨੂੰ ਬੜੀ ਖੁਸ਼ੀ ਆ। ਇਹ ਬਹੁਤ ਵੱਡੀ ਗਿਣਤੀ 'ਚ, ਹਜੇ ਤਕਰੀਬਨ ਇਹ 12 ਵਜੇ ਸ਼ੁਰੂ ਹੋਇਆ ਅਤੇ ਅੱਧਾ ਪੌਣਾ ਘੰਟਾ ਹੀ ਹੋਇਆ, ਵੱਡੀ ਗਿਣਤੀ 'ਚ ਵੋਟਰ ਅਤੇ ਸਪੋਰਟਰ। ਇਹ ਨਹੀਂ ਕਿ ਇੱਕ ਕਮਿਊਨਿਟੀ ਦੇ, ਸਾਰੀਆਂ ਕਮਿਊਨਿਟੀਆਂ ਦੇ, ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਆਏ ਆ ਅਤੇ ਇਸ ਤੋਂ ਸਾਨੂੰ ਇਹ ਵੀ ਕੌਨਫੀਡੈਂਸ ਹੈਗਾ ਕਿ ਜਿਸ ਹਿਸਾਬ ਦੇ ਨਾਲ ਵੋਟਰ ਅਤੇ ਸਪੋਰਟਰ ਆ ਰਹੇ ਆ ਅਤੇ ਜਿਹੜੀ ਇਹ ਇਲੈਕਸ਼ਨ ਹੈ ਉਹ ਬ੍ਰੈਂਪਟਨ ਨਾਰਥ ਤੋਂ ਇਹਨਾਂ ਦੀ ਜ਼ਰੂਰ ਜਿੱਤ ਹੋਏਗੀ। ਵੱਡੀ ਗਿਣਤੀ ਵਿੱਚ ਵੱਖ ਵੱਖ ਕਮਿਊਨਿਟੀ ਤੋਂ ਵੋਟਰਸ ਤੇ ਸਪੋਰਟਰਸ ਇਸ ਬਾਰਬੀਕਿਊ ਇਵੈਂਟ ਵਿੱਚ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ 7 ਜੂਨ ਨੂੰ ਪ੍ਰੋਵਿੰਸ਼ੀਅਲ ਚੋਣਾਂ ਹੋਣ ਜਾ ਰਹੀਆਂ ਨੇ, ਅਜਿਹੇ ਵਿੱਚ ਇਸ ਤਰ੍ਹਾਂ ਦੇ ਇਵੈਂਟ ਜ਼ਰੀਆ ਬਣਦੇ ਨੇ ਵੋਟਰਸ ਦੇ ਸਿੱਧਾ ਰੂਬਰੂ ਹੋਣ ਦਾ। ਕੈਮਰਾਮੈਨ ਦਪਿੰਦਰ ਰੰਧਾਵਾ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ।